Hadi. Zehane Adi. ਪਹਿਲੀ ਵਾਰੀ ਸੁਣਿਆ ਪੁਲਿਸ ਵਾਲੋ ਕੋਈ ਨਿਆਂ ਦੀ ਕੌਡੀ ਪੇ ਪਾਉਂਦਾ ਅੱਲਾ ਸਦੀਕ ਭੱਟ ਬਾਪਟਿਆਂ ਨੇ ਕੌਡੀ ਪਾਉਂਦਾ ਪਿਆ ਹੱਥ ਲਾ ਕੇ ਚੋਰੀ ਚੋਰੀ ਹੱਥ ਲਾ ਆਇਆ ਮੀਟਰ ਦੀ ਰੀਡਿੰਗ ਲੈ ਜਾਂਦੇ ਨੇ ਸ਼ੌਕਤ ਅਲੀ ਸ਼ੌਕਤ ਅਲੀ ਪੁਲਿਸ ਵੱਲੋਂ ਕੀ ਹੈ ਹਵਾਲਦਾਰ ਇਸ ਵੇਲੇ ਤੇ ਭਾਈ ਉਹ ਤੇ ਸਾਰੇ ਅਖਤਿਆਰ ਨੇ ਭਾਵੇਂ ਹਵਾਲਦਾਰ ਪੁਲਿਸ ਨੂੰ ਨੁਮਾਇੰਦਗੀ ਕਰਦਾ ਪਿਆ ਆਹਾ ਅੱਗੋਂ ਹੱਟ ਉਮਰੀ ਹੱਥ ਵੱਲ ਨਾ ਪੈਂਦਾ ਵਾਹ ਮਰੋ ਇੱਕ ਢੋਲ ਵਜਾਇਆ ਕਰੋ ਸਾਰਾ ਟੱਬਰ ਹੀ ਲੱਗ ਪੈਂਦੇ ਆ ਪੁਲਿਸ ਨੂੰ ਖੁਸ਼ ਕਰਨ ਡਿਆ ਇਹ ਕਿਹੜਾ ਇਮਤਿਆਜ਼ ਸ਼ਹਿਜ਼ਾਦ ਹਨੀਫ ਇਸ਼ਤਿਹਾਕ ਵਾਲਾ ਫੜਨ ਦੀ ਕੋਸ਼ਿਸ਼ ਕਰਦਾ ਪਿਆ ਉਹ ਤੁਹਾਡੇ ਕਿਉਂ ਕਿਨਾਰ ਨਿਕਲ ਰਹੇ ਨੇ ਹੈ ਦੋਨੋਂ ਦਾ ਮੈਂ ਲੱਗਦਾ ਤੁਸੀਂ ਸਮੂਹ ਸਮੂਹ ਆਏ ਸਾਰੇ ਬੜੀਆਂ ਸੋਹਣੀਆਂ ਕੌੜੀਆਂ ਮਾਰ ਰਹੇ ਨਾ ਭਾਈ ਨਾ 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 ਸਾਰਾ ਟੱਬਰ ਨਾ ਪੈ ਜਾਓ ਚਾਰ ਤਿੰਨ ਉਹ ਤੁਹਾਨੂੰ ਪੁੱਛਣਾ ਦੇਣਾ ਪੈਣਾ ਤੁਹਾਨੂੰ ਆਖਿਆ ਕਿ ਜਗ੍ਹਾ ਮਾਰ ਕੇ ਬੰਦ ਕਰ ਲਿਆ ਕਰੋ ਇਹਨਾਂ ਤੁਹਾਨੂੰ ਪੈਸੇ ਵਧੇਰੇ ਮਿਲਣੇ ਚਾਰ ਚਾਰ ਨੰਬਰ ਚਾਰ ਚਾਰ ਤੇ ਸ਼ੌਕਤ ਕੌਡੀ ਪਿਆ ਪਾਉਂਦਾ ਆਵਾਜ਼ ਫੜਨ ਦੀ ਕੋਸ਼ਿਸ਼ ਕਰਨ ਲੱਗਾ ਸੀ ਕਪਤਾਨ ਦੇ ਕਹਿੰਦੇ ਪੰਜ ਚਾਰ ਇਮਤਿਆਜ਼ ਸ਼ਹਿਜ਼ਾਦ ਹਨੀਫ ਬੜਾ ਮਾਣ ਹੈ ਪੁਲਿਸ ਦੀ ਟੀਮ ਨੂੰ ਸ਼ਹਿਜ਼ਾਦ ਹਨੀਫ ਤੇ ਸੋਹਣਾ ਗੱਭਰੂ ਜਵਾਨ ਮੁੰਡਾ ਟੀਮ ਦਾ ਕਪਤਾਨ ਵੀ ਹੈ ਤੇ ਥਾਣੇਦਾਰ ਵੀ ਹੈ ਛੇ ਵਾਪਟਾ ਦੇ ਕੇ ਪੰਜ ਉਹਨਾਂ ਦੇ ਗੁਜਰ ਸਹੀ ਦਸ਼ਕਰ ਜਿਹੜਾ ਵਾਹ ਵਾਹ ਉਸਤਾਦ ਦੀ ਲਾਜ ਰੱਖੀ ਆ ਜ਼ਿਆ ਰਹਿਮਾਨ ਨੰਬਰ ਸੱਤ ਤੇ ਪੰਜ ਜ਼ਿਆ ਰਹਿਮਾਨ ਪੁਲਿਸ ਵੱਲੋਂ ਹਰ ਜੱਫੇ ਤੇ ਲੜਾਈ ਤੇ ਹਰ ਜੱਫੇ ਤੇ ਜ਼ੋਰ ਦਵਾਈ ਆਹਾ ਆਹਾ
ਸੀ ਸਦੀਕ ਭੱਟ ਨੰਬਰ 6 ਪੁਲਿਸ ਤੇ 7 ਵਾਪਡਾ ਦੇਖ ਲੋ ਕਿੱਧਰ ਯਾਸਰ ਆਰਾਮ ਫਿਰ ਜਾ ਵੈਲ ਡਨ ਬਹੁਤ ਅੱਛੇ ਪੂਰੀ ਯਾਰ ਚੰਦ ਮੇਰੇ ਅੱਖ ਤੇ ਮਾਰੀ ਉਹਨੇ ਸ਼ੌਕਤ ਨੰਬਰ 6 ਤੇ 8 ਸ਼ੌਕਤ ਇਮਤਿਆਜ਼ ਫੈਸਲਾਬਾਦ ਦਾ ਰਹਿਣ ਵਾਲਾ ਹੈ ਸ਼ਹਿਜ਼ਾਦ ਅਲੀ ਕੌਡੀ ਪੈਣ ਗਏ ਨੇ ਤੇ ਨੰਬਰ 10 ਤੇ 6 ਟੀਮ ਦੇ ਕਪਤਾਨ ਉਹ ਪਸੀਨਾ ਦੂਸਰੀ ਦਫਾ ਯਾਰ ਤੁਹਾਨੂੰ ਕੀ ਗੱਲ ਹੈ ਸ਼ਹਿਜ਼ਾਦ ਅਲੀਫ ਤੇ ਪੁਆਇੰਟ ਹੋ ਗਏ ਅੱਗੋਂ ਡਿਓ ਦੇ ਅੱਗੋਂ ਤੇ ਬੰਦੇ ਦਾ ਸਿਰ ਤੇ ਲਾਂਬੇ ਕਰੋ 14-6 ਲੈ ਅਜੇ ਬੜੀ ਟੀਮ ਆਪਣਾ ਮੈਚ ਕਿਆ ਗਰਮਾ ਆਪਣਾ ਇਮਤਿਆਜ਼ ਅੱਛਾ ਫੜ ਗਿਆ ਪਿਆ ਸ਼ੌਕਤ ਸ਼ੌਕਤ ਪੁਲਿਸ ਵੱਲੋਂ ਟੀਮ ਨੂੰ ਤਾਰੇ ਤੇ ਸ਼ਹੀਦ ਗੁਜਰ 8-15 ਪਰਲੇ ਪਾਸੇ ਨਜ਼ਰ ਨਹੀਂ ਮਾਰ ਸਕਦੇ ਫਿਰ ਵੀ ਰੋ ਪਾਈ ਕਰਦੇ ਤੁਹਾਡੀ ਧੌਣ ਨਹੀਂ ਮੁੜਦੀ ਯਾਸਰ ਜਿਹਨੇ ਫੜਿਆ ਬੜਾ ਪਾਕਿਸਤਾਨ ਦਾ ਮਸ਼ਹੂਰ ਮਸ਼ਹੂਰ ਜਾਫੀ ਹੈ ਸ਼ਹਿਜ਼ਾਦ ਅਲੀ ਪੁਲਿਸ ਵੱਲੋਂ ਵਾਪਡਾ ਦੇ ਕੋਚ ਨੂੰ ਬਿਠਾਇਆ ਦੇ ਪਰਲੇ ਪਾਸੇ ਬੈਠ ਜਾ ਯਾਰ
ਜ਼ਿਆਉਰ ਰਹਿਮਾਨ ਨਿਆਜ਼ੀ। ਹਾਏ 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 ਉਮਰੇ ਯਾਦਵਾਲਾ, ਤੇਰਾ ਖੁਦ ਕੱਢ ਕੇ ਤੇ ਲੱਕ ਤੇ ਕਹਿਣਾ ਹੈ। ਵਾਹ ਵਾਹ ਲਿਆ ਵਾਹ ਇਮਤਿਆਜ਼, ਵਾਹ ਇਮਤਿਆਜ਼। ਫੈਸਲਾਬਾਦ ਦਾ ਰਹਿਣ ਵਾਲਾ ਨਵਾਂ ਨਕੌਰ ਪਹਿਲੀ ਨੈਸ਼ਨਲ ਚੈਂਪੀਅਨਸ਼ਿਪ ਖੇਡਦਾ ਪਿਆ। ਗੁਲਾਮ ਆਬਾਦ ਫੜਦਾ ਪਿਆ ਮਾਰੇ ਦਾ ਸ਼ੌਕਤ ਨੂੰ ਛੱਡ ਕੇ ਤੇ ਵਾਪਦਾ ਕੋਲ ਚਲਾ ਗਿਆ। ਸਾਡੇ ਕੋਲ ਬੈਕ ਖਾਪਾਂਗੇ ਸ਼ਹਿਜ਼ਾਦ ਅਨੀਫ ਜਵਾਨਾਂ ਨੂੰ ਮਾਰ ਜਵਾਨੀ ਦਾ ਸ਼ਾਹ ਸ਼ਹਿਜ਼ਾਦ ਅਨੀਫ ਟੀਮ ਦਾ ਕਪਤਾਨ ਵੀ ਭਾਈ ਸੱਟ ਲੱਗੀ ਅੱਗ ਚੁੱਪ ਗਈ ਹੈ। ਕੋਈ ਨੀ ਇਹ ਲੋਕਡਾਊਨ ਕਰਦੇ ਕਰਦੇ ਹੁੰਦੇ ਕਦੀ ਕਦੀ ਗੱਦੀ ਭਗਾ ਕੇ। ਨੰਬਰ 11 ਦੇ 20 ਯਾਸੇ ਫੜਦਾ ਪਿਆ ਸਦੀਕ ਬਾਟ ਨੂੰ ਜਵਾਨਾਂ ਨੂੰ ਮਾਣ ਹੁੰਦਾ। ਹਾਰ ਜਿੱਤ ਵੱਖਰੀ ਗੱਲ ਹੈ, ਲੇਕਿਨ ਇਹੋ ਜਿਹਾ ਮੁਕਾਬਲਾ ਕਦੀ ਨੀ ਇੰਡੀਆ ਖਾ ਨਹੀਂ ਵੇਖਿਆ ਹੋਣਾ। ਜਵਾਨ ਕਿਵੇਂ ਫੜ ਫੜ ਕੇ ਇੱਕ ਦੂਜੇ ਨੂੰ ਖਿਲਾਰ ਦੇਣ ਪੈ। ਨੰਬਰ ਲਿਆ ਫੜ ਕੇ 13-20 ਇਮਤਿਆਜ਼ ਨਵਾਂ ਗੱਭਰੂ ਉੱਠਦੀ ਜਵਾਨੀ ਦਾ ਮੁੰਡਾ ਸਦੀਕ ਬੱਟ ਨੂੰ ਇਮਰਾਨ ਫੜਨ ਦੀ ਕੋਸ਼ਿਸ਼ ਕਰਦਾ ਪਿਆ। ਗੱਲ ਨਹੀਂ ਬਾਈ, 22 ਨੰਬਰ ਹੋ ਗਿਆ ਵਾਪਦਾ ਦੇ ਤੇ 18 ਉਹਨਾਂ ਨੇ ਸ਼ੌਕਤ
ਸ਼ੌਕਤ ਪੁਲਿਸ ਵੱਲੋਂ ਜਾਂਦਾ ਰਹੇ ਪੁੱਤਰ ਜਾਂਦਾ ਰਹੋ ਅੱਗੋਂ ਲੰਮੇ ਹਟ ਜਾ ਯਾਰ ਅੱਗੇ ਖਲੋ ਜਾਂਦੇ ਆ ਕੇ 19 ਪੁਲਿਸ ਦੇ ਤੇ 22 ਵਾਕਾਂ ਦੇ ਬੜਾ ਸਖ਼ਤ ਮੁਕਾਬਲਾ ਇਹਨੇ ਦੇ ਜਿਹੜਾ ਜਿੱਤੇਗਾ ਉਹ ਕੱਲ ਨਹੀਂ ਪਰਸੋਂ ਉਹ ਆਰਮੀ ਨਾਲ ਖੇਡੇਗਾ ਇਮਤਿਆਜ਼ ਨੇ ਨੰਬਰ ਲੈਂਦਾ ਇਮਤਿਆਜ਼ ਨੇ ਅੱਜ ਬੜੀਆਂ ਟੋਲੀਆਂ ਪਾਈਆਂ ਨੇ ਸ਼ਹਿਜ਼ਾਦ ਹਨੀਫ ਨੰਬਰ 19 ਤੇ 23 ਚੌਂ ਨੰਬਰਾਂ ਦਾ ਫਰਕ ਹੈ ਸ਼ਹਿਜ਼ਾਦ ਹਨੀਫ ਖਾਨ ਅਬਾਸ ਨਾ 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 ਜਵਾਨ ਵੀ ਹੋਇਆ ਤੇ ਥਾਣੇਦਾਰ ਵੀ ਹੋਇਆ ਮੁਬੱਸ਼ਰ ਔਰ ਯਾਸਰ 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 ਸ਼ੌਕਤ ਅਸ਼ਵਾਦ ਮਾਲੇ ਜੀ
ਗੱਲ ਨਹੀਂ ਬਣੀ। ਓਏ ਬਸ ਬਸ ਕੀ ਕਹਿੰਦੇ ਸਾਰੇ ਸਵਾਲ ਤੋਂ ਆ ਜਾਂਦੇ ਹੋ, ਤੁਹਾਨੂੰ 325 ਦੇ ਅੰਦਰ ਦੇਣਾ ਪੈਣਾ। ਸਰਦਾਰ
ਇਸ਼ਤਿਹਾਰ ਵਾਲੇ ਅੱਜ ਕੀ ਗੱਲ ਏ? ਅੱਜ ਵਾਲਾ ਵੀ ਨਾਲ ਹੀ ਤੁਰੇ ਆਉਂਦੇ ਹੋ, ਖੈਰ ਤੇ ਹੈ, ਪੁਲਿਸ ਨਾਲ ਕੋਈ ਸਾਲ ਬਾਤ ਤੇ ਨਹੀਂ ਹੋ ਗਈ?
ਖਿਲਾ ਲਿਓ ਜੀ। ਨਾ ਜੀ ਇਮਰਾਨ ਅੱਲਾ ਸੰਤਾਲੀ ਇਕਤਾਲੀ ਕਦੀ ਕੁਝ ਇੱਕ ਦੌਰ ਦਾ ਫਰਕ।
ਵੀ ਫਾਈਨਲ ਹੋਏਗਾ 5 ਵਜੇ ਕੱਲ ਤੀਸਰੀ ਪੋਜੀਸ਼ਨ ਔਰ ਚੌਥੀ ਪੋਜੀਸ਼ਨ ਦਾ ਮੈਚ ਸ਼ੌਕਤ ਨੰਬਰ ਨੰਬਰ ਦਾ ਵੇਖ ਦੱਸੀ 47-49 ਸਿਦਾਦਨੀ ਸ਼ੌਕਤ ਮੈਚ ਹੋਏਗਾ